ਥਾਣਾ ਸਿਟੀ ਗੁਰਦਾਸਪੁਰ ਦੀ ਪੁਲਿਸ ਨੇ ਅਸਲਾ ਐਕਟ ਲੁੱਟ ਖੋਹ ਇਰਾਦਾ ਕਤਲ ਜਾਨੋਂ ਮਾਰ ਦੀਆਂ ਧਮਕੀਆਂ ਦੇਣ ਅਤੇ ਹੋਰ ਸੰਗੀਨ ਦੋਸ਼ਾਂ ਦੇ ਮਾਮਲਿਆਂ 'ਚ ਲੁੜੀਂਦੇ ਨੌਜਵਾਨ ਲਵਪ੍ਰੀਤ ਸਿੰਘ ਉਰਫ ਨਵੀਂ ਵਾਸੀ ਸੈਨਪੁਰ ਨੂੰ ਗ੍ਰਿਫਤਾਰ ਕਰ ਹੀ ਲਿਆ। ਨਵੀਂ ਅਤੇ ਵੱਖ ਵੱਖ ਥਾਣਿਆਂ ਵਿੱਚ 15 ਦੇ ਕਰੀਬ ਮਾਮਲੇ ਦਰਜ ਹਨ, ਜਿਨ੍ਹਾਂ ਵਿੱਚੋਂ 9 ਮਾਮਲੇ ਥਾਣਾ ਸਿਟੀ ਗੁਰਦਾਸਪੁਰ ਵਿੱਚ ਹੀ ਦਰਜ ਹਨ। ਇਸੇ ਸਾਲ ਮਾਰਚ ਮਹੀਨੇ ਵਿੱਚ ਇਸਨੇ ਆਪਣੇ ਕੁਝ ਸਾਥੀਆਂ ਸਮੇਤ ਬਹਿਰਾਮਪੁਰ ਇੱਕ ਦੁਕਾਨ ਦੀ ਤੋੜਫੋੜ ਕੀਤੀ ਅਤੇ ਫਾਇਰ ਵੀ ਕੀਤੇ ਸਨ ਅਤੇ ਇਸ ਆਪਣੇ ਸਾਥੀਆਂ ਸਮੇਤ ਦੁਕਾਨ ਵਿੱਚ ਦਾਖਲ ਹੋ ਕੇ ਭੰਨ ਤੋੜ ਕੀਤੀ। ਦੁਕਾਨ ਦੇ ਮਾਲਕ ਅਤੇ ਉਸਦੇ ਕਾਰੀਗਰ ਨੂੰ ਤੇਜ਼ ਹਥਿਆਰਾਂ ਨਾਲ ਜ਼ਖਮੀ ਵੀ ਕੀਤਾ। ਜਾਣਕਾਰੀ ਦਿੰਦਿਆਂ DSP ਰਿਪੁਤਮਨ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਵੱਖ ਵੱਖ ਸੰਗੀਨ ਮਾਮਲਿਆਂ ਵਿੱਚ ਨੌਜਵਾਨ ਲਵਪ੍ਰੀਤ ਸਿੰਘ ਉਰਫ ਲਵੀ ਲੁੜੀਂਦਾ ਸੀ। ਕਾਫੀ ਦੇਰ ਤੋਂ ਇਹ ਪੁਲਿਸ ਤੋਂ ਲੁਕਦਾ ਫਿਰ ਰਿਹਾ ਸੀ। 24 ਸਾਲਾ ਇਹ ਨੌਜਵਾਨ ਗੈਂਗਸਟਰ ਬਣਨ ਦੀ ਰਾਹ 'ਤੇ ਚੱਲ ਰਿਹਾ ਹੈ। ਇਸਦੇ ਥਾਣਾ ਸਿਟੀ ਗੁਰਦਾਸਪੁਰ ਵਿੱਚ 9 ਮੁਕੱਦਮੇ ਦਰਜ ਹਨ, ਜਦਕਿ ਹੋਰ ਥਾਣਿਆਂ ਵਿੱਚ ਵੀ ਇਸਦੇ ਖਿਲਾਫ਼ ਕਈ ਕੇਸ ਦਰਜ ਹੋ ਚੁੱਕੇ ਹਨ। ਇਸਦੇ ਕੁਝ ਹੋਰ ਸਾਥੀਆਂ ਦੀ ਵੀ ਪੁਲਿਸ ਨੂੰ ਤਲਾਸ਼ ਹੈ। ਹੁਣ ਇਸਦਾ ਰਿਮਾਂਡ ਹਾਸਲ ਕਰਕੇ ਇਸ ਤੋਂ ਪੁੱਛ ਕਰਕੇ ਸਾਥੀਆਂ ਦੇ ਸ਼ਿਕੰਜਾ ਕੱਸਿਆ ਜਾਵੇਗਾ। ਆਓ ਦੇਖਦੇ ਹਾਂ ਜਤਿੰਦਰਪਾਲ ਕਲੇਰ ਦੀ ਪੂਰੀ ਰਿਪੋਰਟ। ਜੇ ਤੁਹਾਨੂੰ ਸਵੋਡੀ ਰਿਪੋਰਟ ਵਧੀਆ ਲੱਗੀ ਤਾਂ ਸਾਡਾ ਯੂਟਿਊਬ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ। ਮਾਨਯੋਗ SSP ਸਾਹਿਬ ਗੁਰਦਾਸਪੁਰ ਸ਼੍ਰੀ ਦੀਪਕ ਲਾਹੌਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਮਾੜੇ ਅਨਸਰਾਂ ਦੇ ਖਿਲਾਫ਼ ਜਿਹੜੀ ਲਗਾਤਾਰ ਕਾਰਵਾਈ ਚੱਲ ਰਹੀ ਹੈ ਪੁਲਿਸ ਵੱਲੋਂ, ਉਹਦੇ ਅਧੀਨ ਸਿਟੀ ਪੁਲਿਸ ਨੇ ਇੱਕ ਵਾਂਟਡ ਦੋਸ਼ੀ ਲਵਪ੍ਰੀਤ ਸਿੰਘ ਉਰਫ ਨਵੀਂ ਪੁੱਤਰ ਅਮਰੀਕ ਸਿੰਘ ਵਾਸੀ ਸੈਨਪੁਰ ਨੂੰ ਗ੍ਰਿਫਤਾਰ ਕੀਤਾ ਹੈ। 46 ਨੰਬਰ ਮੁਕੱਦਮਾ ਇਹਦੇ ਖਿਲਾਫ਼ ਹੈ, ਜਿਸ ਦੇ ਵਿੱਚ ਇਹਦੀ ਗ੍ਰਿਫਤਾਰੀ ਪਈ। 307 ਆਰਮਸ ਐਕਟ ਦਾ ਮੁਕੱਦਮਾ ਹੈ। ਇਹ ਪੀਓ ਨਹੀਂ ਹੈ, ਵਾਂਟਡ ਆ, ਭਗੌੜਾ ਆ ਕਿੰਨੇ ਚਿਰ ਦਾ, ਇਹਨੂੰ ਪੀਓ ਕਾਰਵਾਈ ਨਹੀਂ ਪੂਰੀ ਹੋਈ। ਪਰ ਇਹਦੇ ਖਿਲਾਫ਼ 15 ਮੁਕੱਦਮੇ ਨੇ ਵੱਖ ਵੱਖ ਥਾਣਿਆਂ ਦੇ ਵਿੱਚ ਦਰਜ, ਇਹਦੇ ਵਿੱਚ 9 ਮੁਕੱਦਮੇ ਇਹਦੇ ਵਿੱਚ ਸਿਟੀ ਦੇ ਵਿੱਚ ਦਰਜ ਨੇ, ਬਾਕੀ ਦੀਨਾਨਗਰ ਦੇ ਵਿੱਚ, ਕਾਨੂੰਨ ਵੱਖਰੇ ਵੱਖਰੇ ਥਾਣਿਆਂ ਦੇ ਵਿੱਚ, ਤਿੱਬੜ ਦੇ ਵਿੱਚ ਵੀ 2 ਮੁਕੱਦਮੇ ਦਰਜ ਨੇ। ਵਿੱਚ ਮੁਕੱਦਮੇ 'ਤੇ ਵੱਖ ਵੱਖ ਤਰ੍ਹਾਂ ਦੇ ਮੁਕੱਦਮੇ ਦਰਜ ਨੇ। 307 ਅਟੈਂਪਟ ਟੂ ਮਰਡਰ ਦੇ ਮੁਕੱਦਮੇ ਦਰਜ ਨੇ, ਕੋਈ ਖੋਹ ਦਾ ਮੁਕੱਦਮੇ ਦਰਜ ਨੇ ਇਹਦੇ 'ਤੇ। ਮੋਸਟਲੀ ਇਹਦੇ 'ਤੇ ਇਹੋ ਮੁਕੱਦਮੇ ਦਰਜ ਨੇ, ਆਰਮਸ ਐਕਟ ਦੇ 307 ਦੇ ਮੁਕੱਦਮੇ ਦਰਜ ਨੇ। ਇਹਨੂੰ ਪੁਲਿਸ ਨੇ ਆਪਣੀ ਟੈਕਨੀਕਲ ਸਰਵੇਲੈਂਸ ਹਿਊਮਨ ਇੰਟੈਲੀਜੈਂਸ ਦੇ ਬੇਸ 'ਤੇ ਇਹਨੂੰ ਗ੍ਰਿਫਤਾਰ ਕੀਤਾ ਹੈ। ਕੱਲ੍ਹ ਇਹਦੀ ਗ੍ਰਿਫਤਾਰੀ ਸ਼ਾਮ ਨੂੰ ਰਾਤੀ 8 ਵਜੇ ਕੀਤੀ ਗਈ। ਇਹ ਜੀ ਇਹਦੇ ਖਿਲਾਫ਼ ਜਿਹੜਾ ਮੁਕੱਦਮਾ ਇੱਕ ਦੀਨਾਨਗਰ ਦੇ ਵਿੱਚ, ਪਰਸੋਂ ਗੋਲੀ ਚੱਲੀ ਰਾਤ ਨੂੰ, ਉਹਦੇ ਵਿੱਚ ਬੰਦਾ ਨੋਮੀਨੇਟ ਆ। ਇਹਨੂੰ ਪੁਲਿਸ ਨੇ ਹਾਲ ਦੀ ਘੜੀ ਹੀ ਸਿਟੀ ਦੇ ਵਿੱਚ ਜਿਹੜਾ ਮੁਕੱਦਮਾ ਦਰਜ ਸੀ 46 ਨੰਬਰ, ਉਹਦੇ ਵਿੱਚ ਅਰੈਸਟ ਪਾਈ ਆ। ਬਾਕੀ ਜੋ ਤਫਤੀਸ਼ ਦੇ ਦੌਰਾਨ ਉੱਥੇ ਦੀਨਾਨਗਰ ਵਾਲੇ ਮੁਕੱਦਮੇ ਦੇ ਵਿੱਚ ਆਊਗਾ, ਉਸ ਹਿਸਾਬ ਨਾਲ ਦੀਨਾਨਗਰ ਦੀ ਪੁਲਿਸ ਇੱਥੇ ਵੱਖਰੀ ਕਾਰਵਾਈ। ਬੈਕਗਰਾਊਂਡ ਇਹਦੇ ਖਿਲਾਫ਼ ਵੱਖਰੇ ਵੱਖਰੇ ਮੁਕੱਦਮੇ ਆ, 2020 ਤੋਂ ਲੈ ਕੇ ਹੁਣ ਤੱਕ ਇਹਦੇ ਵੱਖਰੇ ਵੱਖਰੇ ਮੁਕੱਦਮੇ ਨੇ। ਇਹਦੀ ਉਮਰ ਕੋਈ 24 ਸਾਲ ਦਾ ਮੁੰਡਾ ਹੈ, ਅਤੇ ਵੱਖਰੇ ਵੱਖਰੇ ਮੁਕੱਦਮੇ ਨੇ ਇਹਦੇ ਵਿੱਚ। ਹਾਲੇ ਨਹੀਂ ਬਰਾਮਦਗੀ ਨਹੀਂ ਹੋਈ, ਇਹਨੂੰ ਰਿਮਾਂਡ 'ਤੇ ਲੈ ਕੇ ਬਰਾਮਦਗੀ ਇਹਦੀ ਕਰਾਂਗੇ। ਪਲੱਸ 2 ਪਾਸ ਹੈ ਜੀ।